ਕਰਨ ਕਰਨਾ ਬੰਦ ਕਰੋ लहरा गागा दे मूणक विखे स्कूल फीसा नू लैके मापिया ने SDM दफ्तर मूणक विखे दिता रोस धरना। प्राइवेट स्कूलों वालों जी लॉकडाउन के दौरान नजायज फीस मंगी जा रही है उसके संबंध में लगाया जा रहा है ता जो मापिया की मध्य वर्ग की लुट न बचाया जा सके। ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਦੀ ਫੀਸਾਂ ਜਿਹੜੇ ਨੇ ਵਸੂਲੇ ਜਾ ਰਹੇ ਨੇ ਕਿਸ ਦੇ ਖਿਲਾਫ ਇਹ ਧਰਨਾ ਤੁਹਾਡੇ? ਇਹ ਧਰਨਾ ਸਾਡਾ ਸਰਕਾਰ ਦੇ ਖਿਲਾਫ ਹੈ ਕਿਉਂਕਿ ਜੇਕਰ ਅਸੀਂ MLA ਜਾਂ MP ਚੁਣਦੇ ਹਾਂ ਤਾਂ ਸਰਕਾਰ ਆਪਦੇ ਵਾਸਤੇ ਚੁਣਦੇ ਹਾਂ ਨਾ ਕਿ ਪ੍ਰਾਈਵੇਟਾਂ ਸੰਸਥਾ ਵਾਸਤੇ ਚੁਣਦੇ ਹਾਂ ਕਿਉਂਕਿ ਸਰਕਾਰ ਚੁਣਦੇ ਕਾਹਦੇ ਵਾਸਤੇ ਅਸੀਂ ਸਾਡੀਆਂ ਸਾਡੇ ਨਿਗਰਾਨੀ ਰੱਖੇ ਸਾਡੀ ਲੁੱਟ ਹੋ ਰਹੀ ਆ ਉਸ ਦੇ ਕਾਬੂ ਪਾਵੇ ਪਰ ਸਾਨੂੰ ਫਾਇਦਾ ਕੀ ਹੈ ਸਰਕਾਰ ਚੁਣੇ ਦਾ। ਸਰਕਾਰ ਇੱਕ ਉੱਪਰ ਫਰਮਾਨ ਜਾਰੀ ਕਰ ਰਹੇ ਵੀ ਪ੍ਰਾਈਵੇਟ ਸਕੂਲਾਂ ਦੀ ਫੀਸ ਮਾਫ਼ ਹੋਵੇ ਅਸੀਂ ਆਪਦੇ ਵੱਲੋਂ ਦੇਵਾਂਗੇ ਪਰ ਸਰਕਾਰ ਅਜਿਹਾ ਕੁਛ ਨਹੀਂ ਕਰਦੀ। ਉਹ ਵੱਡੇ ਕਾਰਪੋਰੇਟ ਘਰਾਣੇ ਦੀ ਫੀਸ ਮਾਫ਼ ਕਾਰਪੋਰੇਟ ਘਰਾਣੇ ਦੇ ਕਰਜ਼ੇ ਮਾਫ਼ ਕਰੀ ਜਾਂਦੇ ਆ। ਮੁਕੇਸ਼ ਚੌਕਸੀਆ ਇੱਦਾਂ ਦੇ ਕਈ ਡਿਫਾਲਟਰ ਬੰਦਿਆਂ ਨੂੰ ਜਦ ਇਹ ਰਾਤ ਦੇ ਸਕਦੇ ਤਾਂ ਮੱਧ ਵਰਗ ਨੂੰ ਕਿਉਂ ਨਹੀਂ ਦੇ ਸਕਦੇ? ਹੁਣ ਇੱਕ ਪਾਸੇ ਸਰਕਾਰ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਦੁਬਾਰਾ ਤੋਂ ਲਾਗੂ ਕੀਤੀ ਹੈ 9ਵੀਂ ਤੋਂ ਲੈ ਕੇ ਪਲੱਸ 2 ਤੱਕ ਦੀ, ਇਹਨੂੰ ਕਿਵੇਂ ਦੇਖਦੇ ਹੋ? ਇਹ ਬਹੁਤ ਮੰਦਭਾਗੀ ਘਟਨਾ। ਇੱਕ ਪਾਸੇ ਦਾ ਸਰਕਾਰ ਦਾ ਬਿਆਨ ਆਉਂਦਾ ਵੀ ਅਸੀਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਫੀਸ ਨਹੀਂ ਲਵਾਂਗੇ ਪਰ ਹੁਣ ਉਹ ਕਦੇ ਬਿਆਨ ਬਦਲ ਦਿੰਦੀਆਂ ਨੇ ਕਦੇ ਫੀਸ ਲਵਾਂਗੇ ਕਦੇ ਰਜਿਸਟ੍ਰੇਸ਼ਨ ਫੀਸ। ਇਹ ਲੋਕਾਂ ਦੇ ਉਹਦੇ ਜੇਬਾਂ ਦੇ ਡਾਕੇ ਮਾਰ ਲੱਗ ਰਹੇ ਨੇ। ਕੁਛ ਤਾਂ ਕਰੋਨਾ ਨੂੰ ਤੰਗ ਕੀਤੇ ਜਾ ਰਹੇ ਨੇ ਕੁਛ ਆ ਨਵੇਂ ਫਰਮਾਨ ਜਾਰੀ ਕਰਦੇ ਨੇ ਕਦੇ ਲੋਕਡਾਊਨ ਦਾ ਕਦੇ ਕੁਛ ਇੱਦਾਂ ਦੇ ਫਰਮਾਨ ਜਿਹੜੇ ਮੱਧ ਵਰਗ ਨੂੰ ਲੁੱਟਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਅਤੇ ਵੱਡੇ ਕਾਰਪੋਰੇਟ ਘਰਾਣੇ ਨੂੰ ਇਹ ਰਾਤਾਂ ਵੰਡੀ ਜਾਂਦੇ ਨੇ। ਅੱਗੇ ਕਿਸ ਤਰੀਕੇ ਦਾ ਰਹੇਗਾ ਇਸ ਤੋਂ ਬਾਅਦ ਜੇਕਰ ਅੱਗੇ ਕਦਮ ਚੁੱਕਣਾ? ਜੇਕਰ ਅਸੀਂ ਇਸ ਕਦਮ 'ਤੇ ਕੋਈ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਅਸੀਂ ਲੋਕਾਂ ਨੂੰ ਦੁਬਾਰਾ ਮੁਹੱਲਿਆਂ 'ਚ ਗਲੀਆਂ 'ਚ ਜਾਵਾਂਗੇ ਜਾਗਰੂਕ ਕਰਾਂਗੇ ਉਹਨਾਂ ਦੇ ਹਿਸਾਬ ਨਾਲ ਕੋਈ ਪ੍ਰੋਗਰਾਮ ਦੁਬਾਰਾ ਉਲੀਕਾਂਗੇ। ਜਗਸੀਰ ਸਿੰਘ ਜੀ, ਪੀ ਜੀ ਦਾ ਧਰਨਾ ਲਗਾਇਆ ਗਿਆ, ਕਿਸ ਨੂੰ ਲੈ ਕੇ ਲਗਾਇਆ ਗਿਆ? ਇਹ ਧਰਨਾ ਜੀ ਪਿਛਲੇ ਲੰਬੇ ਸਮੇਂ ਤੋਂ ਇੱਕ ਚੱਲ ਰਿਹਾ। ਇਹਨਾਂ ਨੇ ਪਹਿਲਾਂ ਮੁਜ਼ਾਹਰੇ ਵੀ ਕੀਤੇ ਹੈ, ਮੁਜ਼ਾਹਰਿਆਂ ਦੇ ਵਿੱਚ ਤੋਂ ਹੀ ਇੱਕ ਮਤਲਬ ਕਮੇਟੀ ਬਣਾਈ ਹੈ ਮਾਪਿਆਂ ਦੀ। ਮਾਪਿਆਂ ਦੀ ਕਮੇਟੀ ਦੇ ਬਣਾਉਣ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਦਿੱਤਾ ਵੀ SDM ਦਫ਼ਤਰ ਦੇ ਉੱਤੇ ਧਰਨਾ ਦਿੱਤਾ ਜਾਵੇ। ਉਹ ਧਰਨਾ ਕਿਉਂ ਦਿੱਤਾ ਜਾਵੇ? ਇਹਦੇ ਵਿੱਚ 3-4 ਮੰਗਾਂ ਹੈ ਜਿਹੜੀਆਂ ਮਤਲਬ ਨਜਾਇਜ਼ ਫੀਸਾਂ ਵਸੂਲੀਆਂ ਜਾ ਰਹੀਆਂ ਹੈ। ਇੱਧਰੋਂ ਇੱਕ ਸਾਈਡ ਕੋਰਟ ਕਹਿ ਰਿਹਾ ਵੀ 70% ਫੀਸ ਵਸੂਲ ਸਕਦੇ ਹੋ ਤੁਸੀਂ, ਪਰ ਜਦੋਂ ਉਹਨਾਂ ਦੇ ਨਾਲ ਜਿਹੜੇ ਮਤਲਬ ਮੈਨੇਜਮੈਂਟ ਹੈ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਦੇ ਆ ਤਾਂ ਉਹ ਕਹਿ ਦਿੰਦੇ ਆ ਅਸੀਂ ਤਾਂ 13% ਵੀ ਨਹੀਂ ਘਟਾਉਣ ਨੂੰ ਤਿਆਰ ਹੈਗੇ। ਉਹ ਮਤਲਬ ਉਹਨਾਂ ਦੀ ਉਲੰਘਣਾ ਕਰ ਰਹੇ ਹੈ। ਦੂਜੀ ਗੱਲ, ਜਦੋਂ ਮਤਲਬ ਕਿ ਇੱਕ ਸਾਈਡ ਕਹਿ ਰਹੇ ਆ ਕੈਪਟਨ ਸਰਕਾਰ ਕਿ ਅਸੀਂ ਆ ਜਿਹੜਾ ਸਰਕਾਰੀ ਸਕੂਲਾਂ ਨੂੰ 1 ਸਾਲ ਵਾਸਤੇ ਮੁਫਤ ਸਿੱਖਿਆ ਦੇਣ ਦਾ ਪ੍ਰਬੰਧ ਕਰ ਰਹੇ ਹਾਂ, ਪਰ ਦੂਜੀ ਸਾਈਡ ਇਹੀ ਨਾਲ ਦੀ ਨਾਲ ਪ੍ਰਾਈਵੇਟ ਸਕੂਲ ਹੈ ਜਿਹੜੇ ਇੱਧਰੋਂ ਚੂੜੀ ਟੈਟ ਕਰ ਰਹੇ ਆ ਲੋਕਾਂ ਦੀ ਅਤੇ ਮਾਪਿਆਂ ਦੀ ਵਿਦਿਆਰਥੀਆਂ ਦੀ ਮਤਲਬ ਲੁੱਟ ਕਰਨ ਲਈ ਮਜਬੂਰ ਹੋਏ ਪਏ ਆ। ਉਹਨਾਂ ਨੂੰ ਮਤਲਬ ਦੇਣੇ ਪੈਂਦੇ ਆ, ਵੱਡੀ ਪੱਧਰ ਦੇ ਭਰੇ ਵੀ ਜਾ ਚੁੱਕੇ ਆ, ਪਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ। ਜਿਹੜੇ ਮਤਲਬ ਨਹੀਂ ਖੜੇ, ਨਹੀਂ ਮਤਲਬ ਭਰੇ, ਉਹਨਾਂ ਦੀ ਵਾਪਸ ਹੋਵੇ ਅਤੇ ਜਿਹੜੇ ਹਜੇ ਭਰਨ ਕਰੀ ਉਹ ਖੜੇ ਆ ਤਾਂ ਇਹਨਾਂ ਦੀਆਂ ਗੱਲਾਂ ਨੂੰ ਮੰਨਿਆ ਜਾਣ, ਇਹਨਾਂ ਦਾ ਸੰਘਰਸ਼ ਜਿਹਾ ਜਿਹਾ। ਇੱਕ ਸਾਈਡ ਲੋਕਡਾਊਨ ਲੱਗਿਆ ਹੋਇਆ, ਸਾਰਿਆਂ ਨੂੰ ਪਤਾ ਇਹ ਘੱਗਰ ਮਾਰ ਦਾ ਇਲਾਕਾ ਹੈ, ਆਈ ਸਾਲ ਇੱਥੇ ਮਗਰਲੀ ਵਾਰ ਵੀ ਫਲੱਡ ਆਇਆ, ਉਹਨਾਂ ਦੇ ਮਤਲਬ ਪੈਸੇ ਹਜੇ ਤੱਕ ਰੁਕੇ ਹੋਏ ਆ, ਉਹਨਾਂ ਦੇ ਕੋਲ ਉਹਨਾਂ ਦੇ ਪੈਸੇ ਨਹੀਂ ਹੈਗੇ। ਤਾਂ ਇੱਥੇ ਮਾਪੇ ਇੱਕ ਸਾਈਡ ਜਿਹੜੀ ਬਾਦਲ ਆਪਣਾ ਇਹ ਕੈਪਟਨ ਸਰਕਾਰ ਕਹਿੰਦੀ ਹੈ ਵੀ ਘਰ ਘਰ ਰੁਜ਼ਗਾਰ ਦੇ ਦਾਂਗੇ, ਸਿੱਖਿਆ ਮੁਫਤ ਦੇ ਦਾਂਗੇ, ਸਿੱਖਿਆ ਦਾ ਪ੍ਰਬੰਧ ਮੁਫਤ ਕਰਾਂਗੇ, ਲੜਕੀਆਂ ਨੂੰ PhD ਤੱਕ ਦੀ ਮੁਫਤ ਸਿੱਖਿਆ ਦੇਵਾਂਗੇ, ਪਰ ਇਹ ਉਹਨਾਂ ਦੇ ਉਲਟ ਕਦਮਾਂ 'ਤੇ ਚੱਲੇ ਹੋਏ ਆ। ਇਹ ਬਿਲਕੁਲ ਨਜਾਇਜ਼ ਹੈ। ਇਹ ਉਦੋਂ ਤੱਕ ਹੈ ਜਿਹੜਾ ਧਰਨਾ ਜਾਰੀ ਰਹੂਗਾ ਜਦੋਂ ਤੱਕ ਇਹ ਮੰਗਾਂ ਮਸਲੇ ਨਹੀਂ ਮੰਨੇ ਜਾਂਦੇ ਸੀ। ਅਸੀਂ ਇਸ ਸੰਘਰਸ਼ ਦੀ ਪੂਰੇ ਜ਼ੋਰ ਹਮੇਤ ਕਰਦੇ ਹਾਂ। ਅਸੀਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏ ਹਾਂ, ਜਦੋਂ ਅੱਗੇ ਇਸ ਐਕਸ਼ਨ ਲਿਖਣਗੇ ਅਸੀਂ ਪੂਰੇ ਜ਼ੋਰ ਨਾਲ ਡਟਵੇਂ ਹਮਾਇਤ ਕਰਾਂਗੇ, ਅੱਜ ਵੀ ਕਰ ਰਹੇ ਹਾਂ। ਇਹੀ ਸਾਡੀ ਗੱਲ ਸੀ, ਇੰਨੀ ਗੱਲਾਂ। ਧੰਨਵਾਦ। ਕੀ ਨਾਮ ਹੈ ਜੀ? ਮੇਰਾ ਨਾਮ ਬਲਵੀਰ ਸਿੰਘ, ਰਿੰਕੂ ਸੈਣੀ ਹੈ। ਰਿੰਕੂ ਸੈਣੀ ਜੀ, ਜਿਹੜਾ ਧਰਨਾ ਲਗਾਇਆ ਗਿਆ SDM ਦਫ਼ਤਰ, ਕਿਸ ਨੂੰ ਲੈ ਕੇ ਗਿਆ? ਇਹ ਸਾਡਾ ਜੀ ਮਤਲਬ ਕਿ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਦੇ ਨਾਂ 'ਤੇ ਜਿਹੜੀ ਮਾਪਿਆਂ ਨਾਲ ਠੱਗੀ ਵੱਜ ਰਹੀ ਹੈ, ਉਸ ਮਸਲੇ ਨੂੰ ਲੈ ਕੇ ਮਾਪਿਆਂ ਵੱਲੋਂ ਰੋਸ ਵਜੋਂ ਜਿੱਥੇ ਧਰਨਾ ਲਾਇਆ ਗਿਆ ਹੈ। ਅਸੀਂ ਪਹਿਲਾਂ ਵੀ ਇੱਕ ਦਿਨ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਅਸੀਂ ਰੋਸ ਮੁਜ਼ਾਹਰਾ ਵੀ ਕੀਤਾ ਸੀ, ਜਦੋਂ ਕਿ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਮਾਪਿਆਂ ਨੂੰ ਇਸ ਦਿਨ ਨੂੰ ਲੈ ਕੇ ਬਹੁਤ ਰੋਸ ਹੈ ਮਾਪਿਆਂ ਦੇ ਵਿੱਚ,
ਵੀ ਸਾਡੀ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਇੱਕ ਪਾਸੇ ਦੁਬਾਰੇ ਸਰਕਾਰ ਨੇ ਜਿਹੜੀਆਂ ਰਜਿਸਟ੍ਰੇਸ਼ਨ ਫੀਸਾਂ ਨੇ ਨੌਵੀਂ ਤੋਂ ਲੈ ਕੇ ਪਲੱਸ ਟੂ ਕਲਾਸ ਦੀਆਂ ਦੁਬਾਰੇ ਤੋਂ ਫਿਰ ਭਰਨ ਲਈ ਗਿਆ, ਕਿਵੇਂ ਦੇਖਦੇ ਇਸ ਚੀਜ਼ ਨੂੰ? ਇਹ ਸਰਕਾਰਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਜੀ, ਕਦੇ ਤਾਂ ਇਹ ਕਹਿ ਦਿੰਦੇ ਨੇ ਫੀਸਾਂ ਮਾਫ ਹੋਣਗੀਆਂ, ਕਦੇ ਕਹਿੰਦੇ ਨੇ ਫੀਸਾਂ ਲੱਗਣਗੀਆਂ। ਇਹਨਾਂ ਦੀ ਇਹ ਨਹੀਂ ਸਮਝ ਆ ਰਹੀ, ਇਹਨਾਂ ਨੂੰ ਆਪਣੇ ਆਪ ਨੂੰ ਨਹੀਂ ਪਤਾ ਵੀ ਅਸੀਂ ਅੱਜ ਕੀ ਬਿਆਨ ਦਿੱਤਾ, ਕੱਲ ਨੂੰ ਕੀ ਬਿਆਨ ਦਿੱਤਾ। ਇਹਨਾਂ ਦਾ ਕੋਈ ਮੰਤਰੀ ਕੁਛ ਬਿਆਨ ਦਿੰਦਾ, ਕੋਈ ਮੰਤਰੀ ਕੁਛ ਬਿਆਨ, ਕੋਈ ਇਹਨਾਂ ਫੀਸਾਂ ਲੱਗਣਗੀਆਂ, ਕੋਈ ਇਹਨਾਂ ਨਹੀਂ ਭਰਨੀਆਂ ਫੀਸਾਂ। ਇਸ ਕਰਕੇ ਮਾਪਿਆਂ 'ਚ ਸਹਿਮ ਦਾ ਮਾਹੌਲ ਹੈ, ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ ਆ ਰਹੀ। ਇੱਕ ਤਾਂ ਉਹਨਾਂ ਦੇ ਬੱਚੇ ਘਰੇ ਬੈਠੇ ਨੇ, ਕਿਸੇ ਤਰ੍ਹਾਂ ਦੀ ਪੜ੍ਹਾਈ ਨਹੀਂ ਹੋ ਰਹੀ, ਬੱਚੇ ਮੈਨੂੰ ਮਾੜੀਆਂ ਆਦਤਾਂ ਪੈ ਗਏ, ਮੋਬਾਈਲ ਦੇ ਲੈ ਕੇ ਦੇਣੇ ਪੈ ਗਏ, ਮਹਿੰਗੇ ਖਰਚੇ ਰਿਚਾਰਜ ਕਰਵਾਉਣੇ ਪੈ ਗਏ ਜੀ ਸਾਨੂੰ। ਇਸ ਨੂੰ ਲੈ ਕੇ ਮਾਪਿਆਂ ਵਿੱਚ ਭਾਰੀ ਰੋਸ ਹੈ, ਜਦਕਿ ਸਾਡੇ ਕੋਲ ਰੁਜ਼ਗਾਰ ਤਾਂ ਪਹਿਲਾਂ ਹੀ ਨਹੀਂ ਸੀ, ਪਹਿਲਾਂ ਹੀ ਅਸੀਂ ਵਿਹਲੇ ਬੈਠੇ ਸੀ। ਲੋਕਡਾਊਨ ਜਿਹਨੇ ਤਾਂ ਸਾਡਾ ਹੋਰ ਲੱਕ ਤੋੜ ਕੇ ਰੱਖਤਾ ਬਿਲਕੁਲ ਹੀ। ਰਹਿੰਦੀ ਗੱਲ ਪੰਜਾਬ ਦੇ ਵਿੱਚ, ਹੁਣ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰਤਾ, ਇੱਕ ਨਵਾਂ ਹੁਣ ਫਿਰ ਲੋਕਡਾਊਨ ਕਰਤਾ। ਕੰਮ ਤਾਂ ਸਾਡੇ ਪਹਿਲਾਂ ਹੀ ਨਹੀਂ ਚੱਲੇ ਸੀ, ਹੁਣ ਐਂ ਵੀ ਚਲੋ ਮਾੜਾ ਮੋਟਾ ਕੋਈ ਰੁੜਨ ਲੱਗਿਆ ਸੀ ਕੰਮ, ਅੱਜ ਫਿਰ ਸਾਡਾ ਦੁਬਾਰਾ ਤੋਂ ਫਿਰ ਲੋਕਡਾਊਨ ਸਰਕਾਰ ਕਰ ਰਹੀ ਹੈ। 6:30 ਵਜੇ ਨੂੰ ਸਾਡੀਆਂ ਦੁਕਾਨਾਂ ਪੁਲਿਸ ਵਾਲੇ ਐਂ ਬੰਦ ਕਰਵਾਉਣ ਆਉਂਦੇ ਨੇ ਜਿਵੇਂ ਕੋਈ ਅਸੀਂ ਚੋਰ ਹੋਈਏ, ਐਂ ਆ ਕੇ ਹੂਟਰ ਮਾਰਦੇ ਨੇ ਵੀ ਦੁਕਾਨਦਾਰ ਅੱਧੇ ਦਾ ਵਿਚਾਰੇ ਵਿੱਚ ਹੀ ਕੰਮ ਛੱਡ ਕੇ ਗਾਹਕ ਨੂੰ ਫਟਾਫਟ ਬਾਹਰ ਕੱਢਣਾ ਪੈਂਦਾ ਜੀ। ਸਾਡਾ ਜੀ ਸਰਕਾਰ ਦੇ ਖਿਲਾਫ਼ ਹੈ, ਕਿਉਂਕਿ ਸਰਕਾਰ ਵਿੱਚ ਪਵੇ, ਸਕੂਲਾਂ ਨੂੰ ਕਹੇ, ਇੰਨੇ ਕੋਈ ਪ੍ਰਾਈਵੇਟ ਸਕੂਲ ਸਰਕਾਰ ਤੋਂ ਬਾਹਰ ਨਹੀਂ ਹੁੰਦੇ, ਹਰ ਇੱਕ ਚੀਜ਼ ਸਰਕਾਰ ਦੇ ਅੰਡਰ ਆਉਂਦੀ ਹੈ। ਉਹ ਉਹਨਾਂ ਨੂੰ ਕਵੇ ਵੀ ਮਾਂ ਬਾਪ ਇਸ ਟਾਈਮ ਬਹੁਤ ਕਰੋਨਾ ਸੰਕਟ ਦੀ ਘੜੀ ਵਿੱਚ ਗੁਜ਼ਰ ਰਹੇ ਨੇ, ਆਰਥਿਕ ਪੱਖੋਂ ਅਸੀਂ ਬਹੁਤ ਤੰਗ ਹਾਂ, ਅਸੀਂ ਸਰਕਾਰ ਤੋਂ ਫਿਰ ਪਰਜ਼ੋਰ ਮੰਗ ਕਰਦੇ ਹਾਂ ਵੀ ਸਾਨੂੰ ਸਾਡੇ ਬੱਚੇ ਦੀਆਂ ਸਕੂਲਾਂ ਫੀਸਾਂ ਇੱਕ ਸਾਲ ਲਈ ਫੀਸਾਂ ਮਾਫ਼ ਕਰਵਾਈਆਂ ਜਾਣ, ਜਦੋਂ ਤੱਕ ਇਹ ਕਰੋਨਾ ਸੰਕਟ ਦਾ ਹੱਲ ਨਹੀਂ ਹੁੰਦਾ। ਜਦੋਂ ਕਿ ਇਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਤਾਂ ਇਹ ਮਦਦ ਕਰ ਹੀ ਰਹੇ ਨੇ, ਜੋ ਅਸੀਂ ਕਿ ਇਹਨਾਂ ਨੂੰ ਟੈਕਸ ਨਹੀਂ ਦਿੰਦੇ ਹੈਗੇ, ਹਰ ਤਰ੍ਹਾਂ ਦੀ ਅਸੀਂ ਸਰਕਾਰ ਦੀ ਮਦਦ ਕਰਦੇ ਹਾਂ, ਹਰ ਉੱਨਤੀ ਸਰਕਾਰ ਦੀ ਉੱਨਤੀ ਦੇ ਵਿੱਚ ਮੱਧ ਵਰਗ ਦਾ ਸਭ ਤੋਂ ਵੱਧ ਹਿੱਸਾ ਹੁੰਦਾ ਹੈ।